ਔਰ ਮੇਰੇ ਖਿਆਲ ਮੈਂ ਹਿੰਦੀ ਵਿੱਚ ਹੀ ਗੱਲ ਕਰਾਂ। ਹਰ ਆਦਮੀ ਕੇ ਲਈ ਫਿਟਨੈਸ ਜੋ ਹੈ ਬਹੁਤ ਜ਼ਰੂਰੀ ਹੈ। WHO ਨੇ ਮੁਝੇ ਅੰਬੈਸਡਰ ਇਸ ਲਈ ਬਣਾਇਆ ਹੈ ਕਿ ਮੈਂ ਜਹਾਂ ਜਹਾਂ ਉਨਕੀ ਬ੍ਰਾਂਚਿਸ ਹੈ ਵਰਲਡ ਕੇ ਅੰਦਰ ਏਸ਼ੀਆ ਕੇ ਅੰਦਰ ਵਹਾਂ ਮੈਂ ਜਾਊਂ ਔਰ ਫਿਜ਼ੀਕਲੀ ਫਿਟ ਰਹਿਣੇ ਕੇ ਲਈ ਲੋਕੋਂ ਕੋ ਇੰਸਪਾਇਰ ਕਰੂੰ। ਔਰ ਮੈਂ ਹਮੇਸ਼ਾ ਦੋ ਲਫ਼ਜ਼ ਕਹਿਤਾ ਹੂੰ, ਹਰ ਆਦਮੀ ਕੋ ਈਵਨ ਸੀਨੀਅਰ ਸਿਟੀਜ਼ਨ ਵੀ ਇਸ ਚੀਜ਼ ਕੋ ਸੁਣ ਰਹੇ ਹੋਂਗੇ, ਉਨਕੋ ਵੀ ਕਹਿਣਾ ਚਾਹਤਾ ਹੂੰ ਕਿ ਫਿਟਨੈਸ ਕੇ ਲਈ ਦੋ ਚੀਜ਼ੇ ਬਹੁਤ ਜ਼ਰੂਰੀ ਹੈ। ਪਹਿਲੀ ਬਾਤ ਕਿ ਆਪਕੋ ਜ਼ਬਾਨ ਕੇ ਉੱਪਰ ਆਪਣੀ ਕੰਟਰੋਲ ਹੋਣਾ ਚਾਹੀਏ, ਖਾਣੇ ਕੇ ਅੰਦਰ ਕਿ ਆਪ ਐਸੀ ਵੈਸੀ ਚੀਜ਼ ਨਾ ਖਾਏ ਜਿਸਸੇ ਕਿ ਆਪਕੇ ਬਦਨ ਕੇ ਅੰਦਰ ਫੈਟਨੈਸ ਜੋ ਹੈ ਵੋ ਬੜੇ, ਚਰਬੀ ਜੋ ਆਪਕੇ ਬਦਨ ਕੇ ਅੰਦਰ ਹੈ ਤੋ ਉਸਸੇ ਬਿਮਾਰੀ ਲਗਤੀ ਹੈ ਜ਼ਿਆਦਾ। ਤੋ ਦੂਸਰੀ ਬਾਤ ਯੇ ਹੈ ਕਿ 10 ਮਿੰਟ ਕੇ ਲੀਏ ਐਕਸਰਸਾਈਜ਼ ਕਰਨਾ ਆਦਮੀ ਕੇ ਲਈ ਬਹੁਤ ਜ਼ਰੂਰੀ ਹੈ। ਜੈਸੇ ਖਾਣਾ ਜ਼ਰੂਰੀ ਹੈ ਉਸੀ ਤਰ੍ਹਾਂ ਸੇ ਐਕਸਰਸਾਈਜ਼ ਕਰਨਾ ਜ਼ਰੂਰੀ ਹੈ। ਅਬ ਇਸ ਏਜ ਕੇ ਅੰਦਰ ਵੀ ਆਪ ਹੈਰਾਨ ਹੋਗੇ ਕਿ ਮੈਂ 90 ਕੇ ਆਸ ਪਾਸ ਜਾ ਰਹਾ ਔਰ ਅੱਜ ਤੱਕ ਮੈਂ ਕਿਸੀ ਡਾਕਟਰ ਕੇ ਪਾਸ ਨਹੀਂ ਗਿਆ। ਉਸਕੀ ਵਜ੍ਹਾ ਯੇ ਹੈ, ਅਗਰ ਮੇਰੇ ਹੈਡੇਕ ਹੋਤੀ ਹੈ, ਮੇਰੇ ਬੈਕ ਏਕ ਹੋਤੀ ਹੈ, ਮੇਰੇ ਸਟਮਕ ਪੇਨ ਹੋਤੀ ਹੈ ਤੋ ਮੈਂ ਟਰੈਕ ਸੂਟ ਪਹਿਨਤਾ ਹੂੰ ਔਰ ਜੋਗਿੰਗ ਕੇ ਲਈ ਚਲਾ ਜਾਤਾ ਹੂੰ। ਔਰ ਜਬ ਜੋਗਿੰਗ ਕਰਕੇ ਆਤਾ ਹੂੰ, ਤੇਜ਼ ਤੇਜ਼ ਵਾਕ ਕਰਤਾ ਹੂੰ, ਜੋਗਿੰਗ ਕਰਤਾ ਹੂੰ 15-20 ਮਿੰਟ ਕੇ ਲੀਏ, ਤੋ ਸਾਰੀ ਬਿਮਾਰੀ ਮੇਰੇ ਬਦਨ ਸੇ ਦੂਰ ਹੋ ਜਾਤੀ ਹੈ। ਮੇਨ ਬਾਤ ਯੇ ਹੈ ਕਿ ਜੋ ਬਲੱਡ ਹੈ ਆਪਕੀ ਬਾਡੀ ਕੇ ਅੰਦਰ ਵੋ ਸਰਕੂਲੇਟ ਕਰੇ ਤੋ ਜੋ ਬੈਡ ਜਰਮਸ ਆਪਕੀ ਬਾਡੀ ਕੇ ਅੰਦਰ ਹੈ ਵੋ ਵਾਸ਼ ਆਊਟ ਹੋ ਜਾਤੇ ਹੈ। ਤੋ ਇਸ ਲਈ ਐਕਸਰਸਾਈਜ਼ ਕਰਨਾ ਹਰ ਇਨਸਾਨ ਕੇ ਲੀਏ 10 ਮਿੰਟ ਕੇ ਲੀਏ ਬਹੁਤ ਜ਼ਰੂਰੀ ਹੈ। ਤੋ ਮੈਂ ਹਰ ਆਦਮੀ ਸੇ ਯਹੀ ਐਡਵਾਈਸ ਕਰੂੰਗਾ ਕਿ ਆਪ ਕਭੀ ਆਪਕੋ ਡਾਕਟਰ ਕੇ ਬਾਅਦ ਜਾਣੇ ਕੀ ਜ਼ਰੂਰਤ ਹੀ ਨਹੀਂ ਪੜੇਗੀ। ਆਪ ਮਿਲਖਾ ਸਿੰਘ ਕੋ ਯਾਦ ਕਰੋਗੇ ਕਿ ਇੱਕ ਤੋ ਜ਼ਬਾਨ ਪੇ ਕੰਟਰੋਲ ਰੱਖੀਏ, ਦੂਸਰੀ 10 ਮਿੰਟ ਕੇ ਲੀਏ ਐਕਸਰਸਾਈਜ਼ ਜੋ ਹੈ ਬਾਡੀ ਕੇ ਲੀਏ ਬਹੁਤ ਜ਼ਰੂਰੀ। ਮੈਂ ਰਾਤ ਕੋ ਬਹੁਤ ਹੀ ਕੰਮ ਖਾਲੀ ਪੇਟ ਰੱਖ ਕੇ ਸੋਤਾ ਹਾਂ, ਜ਼ਿਆਦਾ ਤੋਂ ਜ਼ਿਆਦਾ ਇੱਕ ਆਧਾ ਸਨੈਕਸ ਕੋਈ ਪੜਾ ਹੈ ਤੋ ਵੋ ਲੈ ਲਿਆ, ਥੋੜ੍ਹਾ ਸਾ ਫਰੂਟ ਖਾ ਲਿਆ, ਦੈਟਸ ਆਲ। ਮੈਂ ਰੋਟੀ ਨਹੀਂ ਖਾਤਾ ਰਾਤ, ਦੁਪਹਿਰ ਮੈਂ ਰੋਟੀ ਖਾ ਲੈਤਾ ਹੂੰ, ਦਿਨ ਮੈਂ ਹੈਵੀ ਬ੍ਰੇਕਫਾਸਟ ਲੈ ਲੈਤਾ ਹੂੰ, ਮਗਰ ਰਾਤ ਕੋ ਪੇਟ ਭਰ ਕੇ ਸੋਨਾ ਜੋ ਹੈ ਵੋ ਠੀਕ ਨਹੀਂ। ਉਸਕੋ ਆਪ ਕੰਟਰੋਲ ਕਰੇਂ, ਕਮ ਖਾਏ ਔਰ ਸੋਨੇ ਸੇ ਪਹਿਲੇ ਜ਼ਰੂਰ ਸੈਰ ਕਰੇਂ ਤਾਂ ਕਿ ਜੋ ਵੀ ਆਪ ਖਾਇਆ ਹੋ ਆਪਕੇ ਪੇਟ ਕੇ ਅੰਦਰ ਕੋ ਸੈਟਲ ਹੋ ਜਾਏ। ਰਾਤ ਕੀ ਲਕੀਰੋਂ ਸੇ ਜ਼ਿੰਦਗੀ ਨਹੀਂ ਬਣਤੀ, ਅਜ਼ਮ ਹਮਾਰਾ ਵੀ ਕੁਛ ਹਿੱਸਾ ਹੈ ਜ਼ਿੰਦਗੀ ਬਣਾਨੇ ਮੇਂ। ਅਜ਼ਮ ਉਰਦੂ ਕਾ ਲਫ਼ਜ਼ ਹੈ ਜਿਸ ਕਾ ਮੀਨਿੰਗ ਯੇ ਹੈ, ਜਿਸ ਕਾ ਮਤਲਬ ਯੇ ਹੈ ਕਿ ਜਿਸ ਇਨਸਾਨ ਕੇ ਅੰਦਰ ਵਿਲ ਪਾਵਰ ਹੈ, ਜਿਸ ਇਨਸਾਨ ਕੇ ਅੰਦਰ ਹਾਰਡ ਵਰਕ ਕਰਨੇ ਕਾ ਮਾਦਾ ਹੈ, ਡਿਸਿਪਲਿਨ ਹੈ, ਕਰੈਕਟਰ ਹੈ, ਵੋ ਜ਼ਮੀਨ ਸੇ ਉੱਠ ਕੇ ਆਸਮਾਨ ਕੋ ਛੂ ਸਕਦਾ।